ਅੱਜ ਸਾਡੀਆਂ ਪੰਜਾਬ ਦੀਆਂ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਬੀਕੇਯੂ ਏਕਤਾ ਗਰਾਹਾਂ ਮਨਜੀਤ ਧਨੇਰ ਡਕਾਉਂਦਾ ਦਰਸ਼ਨਪਾਲ ਕ੍ਰਾਂਤੀਕਾਰੀ ਡਾਕਟਰ ਜਥੇਬੰਦੀ ਵੱਲੋਂ ਅੱਜ ਤਿੰਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਵਿੱਚ DC ਹੈੱਡਕੁਆਟਰਾਂ ਅਤੇ ਸ਼ਹਿਰਾਂ ਦੇ ਵਿੱਚ ਦੀ ਅਸੀਂ ਅੱਜ ਵੱਡੇ ਮਾਰਚ ਕੀਤੇ ਹੈ ਜਿਹੜੀਆਂ ਜਬਰ ਹੋਇਆ ਟਿੱਕਰੀ ਆਪਣੇ ਖਨੌਰੀ ਬਾਰਡਰ 'ਤੇ ਜਾਂ ਸੰਭੂ ਬਾਰਡਰ 'ਤੇ ਜਿਹੜੇ ਸਾਡੇ ਵੀਰ ਜ਼ਖਮੀ ਹੋਏ ਨੇ ਜਾਂ ਇੱਥੋਂ ਦੀਆਂ ਸਰਕਾਰਾਂ ਨੇ ਸਿੱਧੀਆਂ ਗੋਲੀਆਂ ਚਲਾ ਕੇ ਸ਼ਹੀਦ ਕੀਤੇ ਹੈ, ਅਸੀਂ ਉਹਨਾਂ ਜਾਬਰ ਦੇ ਖਿਲਾਫ਼ ਉਹਨਾਂ ਨੂੰ ਇਨਸਾਫ਼ ਲੈਣ ਲਈ ਅਤੇ ਜਿਹੜੀਆਂ ਸਾਡੀਆਂ ਕੇਂਦਰ ਨਾਲ 10,000 ਪੈਨਸ਼ਨ ਵਾਲੀ ਮੰਗ ਹੈ ਜਾਂ MSP ਹੈ ਜਾਂ ਸਾਡੀ ਬੀਮਾ ਯੋਜਨਾ ਫਸਲਾਂ ਦੀ ਜਾਂ ਸਾਡੀਆਂ ਜਿਹੜੀਆਂ ਹੋਰ ਲਖਵੀਰਪੁਰ ਖੀਰੀ ਵਾਲੀ ਜਿਹੜੀ ਮੰਗ ਹੈ, ਇਹ ਸਾਰੀਆਂ ਜਿਹੜੀਆਂ ਸੈਂਟਰ ਨਾਲ ਮੰਗਾਂ ਨੇ, ਇਹਨਾਂ ਮੰਗਾਂ ਨੂੰ ਲੈ ਕੇ ਅੱਜ ਤਿੰਨ ਜਥੇਬੰਦੀਆਂ ਵੱਲੋਂ ਪੂਰੇ ਜ਼ੋਰ ਸ਼ੋਰ ਨਾਲ ਪੰਜਾਬ ਦੇ ਵਿੱਚ ਕੇਂਦਰ ਦੇ ਖਿਲਾਫ਼ ਅੱਜ ਵੱਡੇ ਮੁਜ਼ਾਹਰਿਆਂ ਦੇ ਰੂਪ ਦੇ ਵਿੱਚ ਲੋਕ ਸ਼ਾਮਿਲ ਹੋਏ ਨੇ। ਅਸੀਂ ਸਮੁੱਚੇ ਲੋਕਾਂ ਦਾ ਧੰਨਵਾਦ ਕਰਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਨੂੰ ਜਥੇਬੰਦੀਆਂ ਹੋਰ ਵੀ ਤੇਜ਼ ਕਰਨਗੀਆਂ, ਆਪਣੇ ਹੱਕ ਲੈਣ ਲਈ ਪਿੱਛੇ ਨਹੀਂ ਹਟਣਗੀਆਂ। ਜਿਹੜਾ ਅੱਜ ਰੋਸ ਮੁਜ਼ਾਹਰਾ ਹੈਗਾ ਉਹ MSP ਨੂੰ ਲੈ ਕੇ ਅਤੇ ਲਖਵੀਰ ਖੀਰੀ ਦੇ ਮਸਲੇ ਨੂੰ ਲੈ ਕੇ, ਬਿਜਲੀ ਸੋਧ ਬਿੱਲ ਨੂੰ ਲੈ ਕੇ, ਜਾਂ ਜੋ ਵੀ ਕੇਂਦਰ ਨਾਲ ਸੰਬੰਧਿਤ ਮੰਗਾਂ ਨੇਗੀਆਂ, ਜਾਂ ਬਾਰਡਰ ਬੰਦ ਕੀਤੇ ਹੋਏ ਨੇ ਜਾਂ ਸ਼ੁਰੂ ਕਰਨ ਵਾਲੇ ਕੇਸ ਨੂੰ ਲੈ ਕੇ, ਜੋ ਵੀ ਉਹਨਾਂ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਪਣੇ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਧਨੇਰ ਅਤੇ ਭਾਰਤੀ ਕਿਸਾਨ ਬੀਕੇਯੂ ਗਰਾਹਾਂ ਤਿੰਨਾਂ ਜਥੇਬੰਦੀਆਂ ਸਾਰੇ ਪੰਜਾਬ ਦੇ ਵਿੱਚ ਅੱਜ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਰੋਸ ਮਾਰਚ ਕੀਤੇ ਗਏ ਨੇ, ਕਿਉਂਕਿ ਲੰਮੇ ਸਮੇਂ ਦੇ 2 ਸਾਲ ਤੋਂ ਮੰਗੀਆਂ ਹੁਣ ਜਿਹੜੇ ਮੰਨਾਂ ਨੇ ਉਹ ਲਾਗੂ ਨਹੀਂ ਕਰ ਰਹੀ ਸਰਕਾਰ। MSP ਦੀ ਕੋਈ ਗਰੰਟੀ ਨਹੀਂ ਦੇ ਰਹੀਗੀ ਅਤੇ ਲਖਵੀਰਪੁਰ ਖੀਰੀ ਦੇ ਉਹਨਾਂ ਨੂੰ ਆਪਣੇ ਇਨਸਾਫ਼ ਨਹੀਂ ਕਿਸਾਨਾਂ ਨੂੰ ਮਿਲ ਰਿਹਾ, ਅਤੇ ਬਿਜਲੀ ਸੋਧ ਬਿੱਲ ਦੇ ਵਿੱਚ ਵੀ ਕੋਈ ਇਹਨਾਂ ਨੇ ਉਹ ਨਹੀਂ ਕੀਤਾ ਹੈਗਾ, ਅਤੇ ਰਹਿੰਦਾ ਖੂੰਹਦਾ ਬਾਰਡਰਾਂ ਦੇ ਉੱਤੇ ਕਿਸਾਨਾਂ ਨੂੰ ਕੁੱਟੋ ਕੁੱਟ ਕੇ ਉਹਨਾਂ ਮਰਡਰ ਕੀਤਾ ਹੈਗਾ, ਗੋਲੀਆਂ ਚਲਾਤੀਆਂ। ਇਸ ਕਰਕੇ ਕਿਸਾਨਾਂ ਦੇ ਵਿੱਚ ਇਹਨੂੰ ਧਿਆਨ ਵਿੱਚ ਰੱਖਦੇ ਬਹੁਤ ਜ਼ਿਆਦਾ ਰੋਸ ਹੈਗਾ। ਅੱਜ ਜਿਹੜਾ ਅਸੀਂ ਪ੍ਰੋਟੈਸਟ ਕੀਤਾ ਹੈਗਾ, ਇਹ ਜਿਹੜੇ ਸਾਡੇ ਸਰਹੱਦਾਂ 'ਤੇ ਲੜ ਰਹੇ ਭੈਣ ਭਰਾ ਨੇਗੇ, ਜਿਹੜਾ ਉਹਨਾਂ 'ਤੇ ਜ਼ਬਰ ਕੀਤਾ ਹੈਗਾ, ਜਾਣੀ ਸਾਡੀਆਂ 4 ਜਥੇਬੰਦੀਆਂ ਨੇ ਅੱਜ ਪ੍ਰੋਟੈਸਟ ਕੀਤਾ ਹੈਗਾ, ਪੂਰਾ ਮੁਜ਼ਾਹਰਾ ਕਰਕੇ ਗਏ ਨੇ ਪੂਰੇ ਬਰਨਾਲੇ ਦੇ ਵਿੱਚ, ਪੰਜਾਬ ਦੇ ਵਿੱਚ ਸਾਰੇ ਥਾਵਾਂ 'ਤੇ ਹੋ ਰਿਹਾ ਹੈਗਾ। ਅਤੇ ਜਾਣੀ ਇਹ ਸਾਡੀ ਅੱਜ ਮੰਗ ਹੈ ਜੀ ਵੀ ਜਿਹੜਾ ਉੱਥੇ ਜ਼ਬਰ ਹੋ ਰਿਹਾ ਉਹ ਵੀ ਤੁਰੰਤ ਬੰਦ ਕੀਤਾ ਜਾਵੇ। ਬਾਕੀ ਸਾਡੀ 14 ਤਰੀਕ ਨੂੰ ਅਸੀਂ ਮਹਾਂਪੰਚਾਇਤ ਕਰ ਰਹੇ ਹਾਂ ਸੰਯੁਕਤ ਮੋਰਚੇ ਦਾ ਸੱਦਾ ਹੈਗਾ, ਕਿਉਂਕਿ ਜੇ ਉਦੋਂ ਤੱਕ ਰੋਕਾਂ ਨਾ ਹਟਾਈਆਂ ਆਹ ਜਿਹੜਾ ਪ੍ਰੋਟੈਸਟ ਹੈਗਾ ਜਾਣੀ ਇਕੱਲਾ ਉੱਥੇ ਤੱਕ ਹੀ ਸੀਮਤ ਨਹੀਂ ਰਹਿਣਾ ਹੈਗਾ, ਜਿੰਨੇ ਵੀ ਸੰਯੁਕਤ ਮੋਰਚਾ ਹੈ ਇਹ ਆਪਣੇ ਜਿਹੜੀ ਭਾਰਤ ਦੇ ਵਿੱਚ ਪੂਰੇ ਪ੍ਰੋਟੈਸਟ ਤੇਜ਼ ਕਰੂਗੀ।